केपीडी न्यूज, हक सच और इंसाफ की आवाज। श्री गुरु नानक देव जी दे 550वें गुरपुरब नूं मनाउण दे लई सुल्तानपुर लोधी तों 6 किलोमीटर दूर कपूरथला रोड ते डडविंडी पिंड च श्रोमणी अकाली दल अमृतसर वक्खरी स्टेज लगाएगा। इस गल दा प्रगटावा श्रोमणी अकाली दल अमृतसर दे प्रधान सिमरनजीत सिंह मान ने जलंधर प्रेस क्लब विच पत्रकारां नूं संबोधन करदिआं कीता। मान ने कहा कि मुख्य मंत्री कैप्टन अमरिंदर सिंह ने चोणां दौरान गुटका साहिब दी सहुं खा के कहा सी कि बरगारी कांड दे दोषियों नूं जल्द गिरफ़्तार किया जाएगा, जो अजे तक नहीं होया। एस जी पी सी दीआं चोणां बारे बोलदिआं मान ने कहा कि पिछले 3 सालों तो बिना चोण दे ही प्रधान नियुक्त किए जा रहे हैं अते हुण चोणां जरूरी हैं ਤਾਂ ਕਿ ਸਿੱਖ ਸੰਗਤ ਆਪਣੀ ਮਰਜ਼ੀ ਨਾਲ ਪ੍ਰਧਾਨ ਚੁਣ ਸਕੇ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਜਿਹੜੀ 12 ਤਰੀਕ ਨੂੰ ਪਹਿਲੀ ਪਾਤਸ਼ਾਹੀ ਦੀ 550ਵਾਂ ਪ੍ਰਕਾਸ਼ ਦਿਵਸ ਆਪਾਂ ਮਨਾ ਰਹੇ ਹਾਂ, ਉਹਦੇ ਸੰਬੰਧ ਦੇ ਵਿੱਚ ਗਵਰਨਮੈਂਟ ਅਤੇ ਐਸ ਜੀ ਪੀ ਸੀ ਆਪਣੀਆਂ ਸਟੇਜਾਂ ਲਾ ਰਹੇ ਹੈ। ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਸਟੇਜ 'ਤੇ ਨਹੀਂ ਜਾ ਸਕਦੇ, ਕਿਉਂ ਕਰਕੇ ਗੁਰੂ ਮਹਾਰਾਜ ਦੇ ਆਦੇਸ਼ਾਂ ਤੋਂ ਬਰਖਿਲਾਫ ਹੋ ਕੇ ਇਹ ਬਾਬਰ ਜਾਬਰ ਹੈਗੇ ਹੈ ਜਿਨ੍ਹਾਂ ਨੇ ਜ਼ੁਲਮ ਬਹੁਤ ਕੀਤੇ ਹੈ ਸਿੱਖ ਕੌਮ ਦੇ ਉੱਤੇ ਅਤੇ ਮਨੁੱਖਤਾ 'ਤੇ। ਇਹਨਾਂ ਨੇ ਬਲੂ ਸਟਾਰ ਵੀ ਕਰਵਾਇਆ, ਫਿਰ 25,000 ਅਣਪਛਾਤੀਆਂ ਲਾਸ਼ਾਂ ਉਹਦਾ ਨਹੀਂ ਸਾਨੂੰ ਦੱਸਦੇ। ਫਿਰ ਜਿਹੜੇ ਨਿਸ਼ਾਨ ਬਲੂ ਸਟਾਰ ਦੇ ਵਿੱਚ ਫੌਜਾਂ ਨੇ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਤੋਪਣ ਨਾਲ ਕੀਤੇ ਸੀ ਉਹ ਵੀ ਮਿਟਾਤੇ ਹੈ। ਅਤੇ ਹੁਣ ਸੱਜਰਾ ਹੀ ਇਸ ਸਾਲ ਜਿਹੜੀ ਸਾਡੀ ਡਿਊਟੀ ਹੈ ਤਰਨ ਤਾਰਨ ਸਾਹਿਬ ਦੀ, ਕਬਰ ਨੌਨਿਹਾਲ ਸਿੰਘ ਪੋਤਾ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ, ਉਹ ਵੀ ਐਸ ਜੀ ਪੀ ਸੀ ਨੇ ਅਤੇ ਬਾਬਿਆਂ ਨੇ ਮਿਲ ਕੇ ਤੋੜਤੀ ਹੈ। ਅਤੇ ਇਹਨਾਂ ਐਸ ਜੀ ਪੀ ਸੀ 'ਤੇ ਜਿਹੜੀ ਗੋਲਕ ਹੈ, ਸਾਡੇ ਗੁਰੂ ਸਾਹਿਬ ਕਹਿੰਦੇ ਹੈ ਗੋਲਕ ਗਰੀਬ ਦਾ ਮੂੰਹ ਹੈ, ਇਹਨਾਂ ਨੇ ਆਪਣੇ ਮੂੰਹਾਂ ਵੱਲ ਕਰਤੀ ਹੈ ਅਤੇ ਜਿੰਨੀ ਵੀ ਐਸ ਜੀ ਪੀ ਸੀ ਦੀ ਜਾਇਦਾਦ ਹੈ ਉਹ ਆਪਣੇ ਚਹੇਤਿਆਂ ਨੂੰ ਪੈੜੀਆਂ ਦੇ ਦੀਆਂ ਸਾਰਾ ਕੁਛ ਕਰਤਾ। ਫਿਰ ਐਸ ਜੀ ਪੀ ਸੀ ਨੂੰ ਤੋੜ ਕੇ ਟਰੱਸਟ ਬਣਾਤੇ ਹੈ ਜਿਹੜੇ ਐਸ ਜੀ ਪੀ ਸੀ ਦੇ ਥੱਲੇ ਅਧੀਨ ਨਹੀਂ ਹੈਗੇ, ਅਤੇ ਉਹ ਵੀ ਆਪਣੇ ਚਹੇਤਿਆਂ ਦੇ ਨਾਂ ਉਹਨਾਂ ਨੂੰ ਉਮਰ ਦੇ ਲਈ ਉੱਥੇ ਨੌਕਰੀਆਂ ਦੇ ਤੀਆਂ ਜਾਂ ਡਾਇਰੈਕਟਰਸ ਬਣਾਤੇ ਹੈ। ਅਤੇ ਦੂਸਰੇ ਪਾਸੇ ਸਰਕਾਰ ਨੇ ਵੀ ਘੱਟ ਨਹੀਂ ਕੀਤੀ, ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਚੱਕੀ ਸੀ ਕਿ ਬਰਗਾੜੀ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਜਿਹੜੇ ਲੋਕਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ। ਅਤੇ ਫਿਰ ਬਰਗਾੜੀ ਦੇ ਵਿੱਚ 9 ਦਸੰਬਰ ਪਿਛਲੇ ਸਾਲ ਜਿਹੜਾ ਉੱਥੇ ਸਟੇਜ ਲੱਗੀ ਸੀ, ਉੱਥੇ ਕੈਪਟਨ ਸਾਹਿਬ ਨੇ ਆਪਣੇ 2 ਸੀਨੀਅਰ ਵਜ਼ੀਰ ਭੇਜੇ ਸੀਗੇ, ਰੰਧਾਵਾ ਸਾਹਿਬ ਅਤੇ ਬਾਜਵਾ ਸਾਹਿਬ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ 'ਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਅਸੀਂ ਸਾਰੇ ਮੁਲਜ਼ਮ ਫੜਾਂਗੇ ਅਤੇ ਜਿੰਨੇ ਵੀ ਸਿੱਖ ਕੈਦੀ ਹੈਗੇ ਹੈ ਅਸੀਂ ਰਿਹਾਅ ਕਰਾਵਾਂਗੇ। ਅਜੇ ਤੱਕ ਕਿਸੇ ਨੇ ਰਿਹਾਅ ਨਹੀਂ ਕੀਤਾ, ਅਜੇ ਵੀ ਸਾਡੇ ਕੈਦੀ ਜੇਲ੍ਹਾਂ ਦੇ ਵਿੱਚ ਬੈਠੇ ਹੈ। ਜਦਕਿ ਜਹਾਂਗੀਰ ਬਾਦਸ਼ਾਹ ਨੇ ਜਦੋਂ ਰਿਹਾਈ ਦਿੱਤੀ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਨੇ ਕਿਹਾ ਮੈਂ ਰਿਹਾਈ ਇਕੱਲੇ ਨੀਤੀ ਨਹੀਂ ਲੈਣੀ, ਜਿੰਨਾ ਚਿਰ ਇੱਥੇ 52 ਹਿੰਦੂ ਰਾਜੇ ਹੈ ਉਹਨਾਂ ਦੀ ਰਿਹਾਈ ਨਹੀਂ ਕਰਾਉਂਦੇ। ਜੇ ਇੱਕ ਮੁਸਲਮਾਨ ਜਹਾਂਗੀਰ ਬਾਦਸ਼ਾਹ ਹਿੰਦੂਆਂ ਅਤੇ ਗੁਰੂ
ਸਾਡੇ ਗੁਰੂ ਸਾਹਿਬ ਨੂੰ ਰਿਹਾਈ ਕਰਦਾ ਸੀਗਾ, ਅਤੇ ਜੇ ਅੱਜ ਹਿੰਦੁੱਤਵਾ ਦੀ ਹਕੂਮਤ ਹੈ, ਇਹ ਕਿਉਂ ਨਹੀਂ ਸਾਡੇ ਕੈਦੀ ਜਿਹੜੇ 25-25 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰ ਸਕਦੇ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਸੋਚੀਆਂ ਹੈਗੀਆਂ, ਅਤੇ ਇਹਨਾਂ ਨੇ ਇਹ ਬਿਲਕੁਲ ਉਲਟ ਕੀਤਾ। ਹੁਣ ਬਾਦਲ ਦਲ ਹੈ, ਇਸ ਨੇ ਸਾਰੇ ਮਤੇ ਪਾਸ ਕੀਤੇ ਆ ਅਨੰਦਪੁਰ ਸਾਹਿਬ ਦੇ ਕਿ ਵੱਧ ਅਧਿਕਾਰ ਚਾਹੀਦੇ ਆ, ਪਰ ਜਦ ਦਾ ਇਹ ਮੋਦੀ ਸਰਕਾਰ BJP RSS ਨੇ ਕਸ਼ਮੀਰ ਦੇ ਉੱਤੇ ਕਬਜ਼ਾ ਕਰ ਲਿਆ, 370 ਉਹਨਾਂ ਦੀ ਖੁਦਮੁਖਤਿਆਰੀ ਤੋੜਤੀ ਹੈ, ਇਹ BJP ਅਤੇ ਮੋਦੀ ਨੂੰ ਸਪੋਰਟ ਕਰ ਰਹੀ ਹੈ ਕਿ ਬਹੁਤ ਅੱਛਾ ਕੀਤਾ। ਹੁਣ ਮੇਰਾ ਮਤਲਬ ਹੈ ਕਿ ਜਿਹੜੀਆਂ ਚੀਜ਼ਾਂ ਦੇ ਲਈ ਅਕਾਲੀ ਦਲ ਹਮੇਸ਼ਾ ਖੜ੍ਹਾ ਰਿਹਾ, ਉਸ ਨੂੰ ਤਾਂ ਇਹਨਾਂ ਨੇ ਭੰਗ ਕਰਤਾ। ਫਿਰ ਇਹਨਾਂ ਦੀ ਸਟੇਜ ਦੇ ਉੱਤੇ ਅਸੀਂ ਕਿਵੇਂ ਜਾ ਸਕਦੇ ਹਾਂ ਜਿਨ੍ਹਾਂ ਦੇ ਰੰਗ ਸਾਡੇ ਖੂਨ ਦੇ ਨਾਲ ਲਿਬੜੇ ਹੋਏ ਹੈ, ਅਤੇ ਦਮਦਮੀ ਟਕਸਾਲ ਜਿਹੜੀ ਕਿ ਸਭ ਤੋਂ ਉਚਿਤ ਹੈ, ਜਿਸ ਨੇ ਲੜਾਈ ਸਾਡੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ 72 ਘੰਟੇ ਸੋਵੀਅਟ, ਬ੍ਰਿਟਿਸ਼ ਅਤੇ ਇੰਡੀਅਨ ਫੌਜ ਦੇ ਨਾਲ ਲੜੀ ਅਤੇ ਸ਼ਹਾਦਤ ਪਾਈ। ਹੁਣ ਬਾਬਾ ਧੁੰਮਾ ਜੀ ਅਗਲੇ ਜਥੇਦਾਰ BJP RSS ਅਤੇ ਕਾਂਗਰਸ ਦੇ ਨਾਲ ਚਲੇ ਗਏ ਹੈ ਉਸ ਸਟੇਜ ਦੇ ਉੱਤੇ। ਸੋ ਇਹੋ ਜਿਹੀ ਸਟੇਜ ਦੇ ਉੱਤੇ ਅਸੀਂ ਜੇ ਚਲੇ ਗਏ, ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਚ ਹੈ, ਜਿਹੜਾ ਪ੍ਰਚਾਰ ਹੈ, ਉਹਦੇ ਉਲਟ ਹੋਊਗੀ। ਇਸ ਕਰਕੇ ਅਸੀਂ ਅਲੱਗਾ ਸਟੇਜ ਪੀਸਫੁਲੀ ਅਮਨ ਪਸੰਦ ਦੇ ਨਾਲ ਲਾ ਰਹੇ ਹਾਂ, ਅਤੇ ਉੱਥੇ ਸਾਰਿਆਂ ਨੂੰ ਇਨਵਾਈਟ ਕਰ ਰਹੇ ਹਾਂ ਕਿ ਜਿਹੜੇ ਜਬਰ ਅਤੇ ਬਾਬਰ ਜਾਬਰ ਦੇ ਖਿਲਾਫ ਹੈ ਉਹ ਉੱਥੇ ਆਉਣ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਅਸੀਂ ਪ੍ਰੈਸ ਦੇ ਕੋਲ ਦੱਸਿਆ ਕਿ ਉਸ ਸਟੇਜ ਦੇ ਉੱਤੇ ਅਸੀਂ ਕਿਉਂ ਨਹੀਂ ਜਾ ਸਕਦੇ, ਦਲੀਲ ਦੇ ਨਾਲ ਦੱਸਿਆ, ਰੀਜ਼ਨ ਦੇ ਨਾਲ ਦੱਸਿਆ, ਇਹ ਜਥੇਦਾਰ ਸਾਹਿਬ ਨੂੰ ਤੁਸੀਂ ਵੀ ਦੱਸ ਦਿਓਗੇ ਕਿ ਇਹ ਵਜ੍ਹਾ ਹੈਗੀ ਹੈ ਕਿ ਅਲੱਗ ਸਟੇਜ ਲੱਗਣੀ ਬੜੀ ਉਚਿਤ ਹੈ, ਅਤੇ ਜਿਨ੍ਹਾਂ ਨੇ ਜ਼ੁਲਮ ਨਹੀਂ ਕੀਤਾ ਬਾਦਲ ਦਲੀਆਂ ਅਤੇ SCPC ਵਿੱਚੋਂ, ਉਹ ਵੀ ਸੰਤ ਮਹਾਤਮਾ ਇਸ ਸਟੇਜ 'ਤੇ ਆਉਣ। ਉਹ ਸਟੇਜ ਲਹੂ ਦੇ ਨਾਲ ਰੰਗੀ ਹੋਈ ਹੈ, ਜਿਵੇਂ ਮਹਾਰਾਜ ਨੇ ਕਿਹਾ ਬਾਬਰ ਜਾਬਰ, ਉਹ ਬਾਬਰ ਦੀ ਸਟੇਜ ਹੋਊ, ਇੱਥੇ ਬਾਬੇ ਦੀ ਸਟੇਜ ਹੋਊ ਜਿਹੜੀ ਅਸੀਂ ਲਵਾਂਗੇ। ਸੁਖਬੀਰ ਬਾਦਲ ਨੇ ਬਿਆਨ ਦਿੱਤਾ ਜਿਹੜਾ $20 ਦੀ ਫੀਸ ਜਿਹੜੀ ਰੱਖੀ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਉੱਤੇ, ਜਿਹੜੀ ਕਰਤਾਰਪੁਰ ਸਾਹਿਬ ਦੇ ਦਰਸ਼ਨ, ਉਹਦੇ ਲਈ ਸਰਕਾਰ ਨੂੰ ਕਿਹਾ ਉਹਨਾਂ ਨੇ ਕਿ ਸਰਕਾਰ ਨੂੰ ਮੰਗ ਕੀਤੀ ਹੈ ਉਹ ਇਹਦਾ ਖਰਚਾ ਚੱਕੋ, ਉਹਦੇ ਬਾਰੇ ਸਰਦਾਰ ਸੁਖਬੀਰ ਸਿੰਘ ਨੂੰ ਸਿੱਖ ਮਜ਼ਹਬ ਰਸਮ ਦੇ ਬਾਰੇ ਪਤਾ ਨਹੀਂ ਅਜੇ ਹੈਗਾ। ਸਿੱਖ ਕਦੇ ਵੀ ਸਰਕਾਰ ਤੋਂ ਕੋਈ ਮੰਗ ਨਹੀਂ ਲੈਂਦੇ ਹੈਗੇ ਆਪਣੇ ਧਾਰਮਿਕ ਮਾਮਲਿਆਂ ਦੇ ਵਿੱਚ। ਇਹ ਬਿਲਕੁਲ ਗਲਤ ਕੀਤਾ ਉਸਨੇ, ਕਿਉਂ ਕਰਕੇ ਉਹਨੂੰ ਧਰਮ ਦਾ ਪਤਾ ਹੀ ਨਹੀਂ ਹੈ ਅਜੇ ਤੱਕ। ਉਹਨੂੰ ਐਵੇਂ ਬਾਦਲ ਸਾਹਿਬ ਨੇ ਆਪਣਾ ਬੱਚਾ ਸਮਝ ਕੇ ਪ੍ਰਧਾਨ ਬਣਾਤਾ, ਅਤੇ ਬਾਦਲ ਸਾਹਿਬ ਨੂੰ ਵੀ ਜ਼ਿਆਦਾ ਨਹੀਂ ਪਤਾ ਹੈਗਾ ਆਪਣੇ ਧਰਮ ਅਤੇ ਆਪਣੀਆਂ ਟ੍ਰੈਡੀਸ਼ਨਸ ਅਤੇ ਰਵਾਇਤਾਂ ਦੇ ਬਾਰੇ, ਅਤੇ ਬਿਲਕੁਲ ਗਲਤ ਕੀਤਾ। ਅਤੇ ਬਾਦਲ ਸਾਹਿਬ ਵੀ ਇਹ ਗਲਤ ਕਰੀ ਜਾਂਦੇ ਆ ਜਿਹੜਾ ਅਨੰਦਪੁਰ ਸਾਹਿਬ ਮਤੇ ਦੇ ਉੱਤੇ ਪੰਜਾਬੀ ਸੂਬੇ ਦੇ ਵਿੱਚ 60,000 ਸਿੱਖਾਂ ਨੂੰ ਕੈਦ ਕਰਾਇਆ, ਉਹ ਕਦੇ ਲਈ ਕਰਾਇਆ ਜੇ ਅੱਜ ਕਸ਼ਮੀਰ ਦੇ ਵਿੱਚ ਜਿਹੜੀ ਖੁਦਮੁਖਤਿਆਰੀ ਮੋਦੀ ਅਤੇ BJP ਨੇ ਤੋੜਤੀ ਉਹਦੇ ਹੱਕ ਦੇ ਵਿੱਚ ਚਲੇ ਗਏ ਆ। ਮਾਨ ਸਾਹਿਬ ਇੱਕ ਹੋਰ ਸਵਾਲ ਹੈ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਹੋਰ ਜਿਹੜੇ ਵਿਰੋਧੀ ਦਲ ਹੈਗੇ ਉਹਨਾਂ ਦਾ ਮਕਸਦ ਹੀ SGPC ਦੇ ਕੰਮ ਵਿੱਚ ਦਖਲ ਦੇਣਾ, ਤੁਹਾਡੇ ਕੀ ਕਹਿਣਾ ਇਸ ਬਾਰੇ? ਬੀਬੀ ਜੀ ਨੂੰ ਪਤਾ ਹੋਣਾ ਚਾਹੀਦਾ ਜੀ ਕਿ ਜਮਹੂਰੀਅਤ ਦੀ ਰਵਾਇਤ ਹੈ
ਕਿ 5 ਸਾਲਾਂ ਬਾਅਦ ਇਲੈਕਸ਼ਨ ਹੋਇਆ ਕਰਦੇ ਆ, ਜਿਹੜੀ ਪਾਰਲੀਮੈਂਟ 'ਤੇ ਉਹਨਾਂ ਦੀ ਪਾਰਟੀ ਬਾਦਲ ਦਲੀਆਂ ਨੇ ਕਬਜ਼ਾ ਕੀਤਾ, ਉਹਦੀ ਮਿਆਦ 3 ਸਾਲ ਪੁਰਾਣੀ ਮੁੱਕ ਚੁੱਕੀ ਹੈ, ਉਹ ਇਲੈਕਸ਼ਨ ਕਿਉਂ ਨਹੀਂ ਕਰਵਾਉਂਦੇ ਹੈਗੇ? ਅਸੀਂ SGPC ਦੇ ਖਿਲਾਫ ਨਹੀਂ ਹੈ, ਅਸੀਂ ਜਮਹੂਰੀਅਤ ਦੇ ਹਿੱਤ ਦੇ ਵਿੱਚ ਹੈ, ਅਤੇ ਅਸੀਂ ਕਹਿੰਦੇ ਹਾਂ ਉਹਦੇ ਇਲੈਕਸ਼ਨ ਕਰਾਓ, ਨਵੇਂ ਦੁੱਧ ਦੇ ਵਿੱਚ ਲੈ ਕੇ ਆਓ ਉਹਨੂੰ SGPC ਨੂੰ। ਮਾਨ ਸਾਹਿਬ, ਇਸ ਸੰਦਰਭ ਦੇ ਵਿੱਚ ਕਿਹਾ ਗਿਆ ਕਿ 550 ਜਿਹੜੇ ਪ੍ਰਕਾਸ਼ ਪੁਰਬ ਦੇ ਸਟੇਜ ਦੀ ਤੁਸੀਂ ਉਹਨਾਂ ਗੱਲ ਕੀਤੀ ਹੈ, ਸਟੇਜ ਅਲੱਗ ਅਲੱਗ ਲਾ ਰਹੇ ਨੇ ਸਾਰੇ, ਹੁਣ SGPC ਦੇ ਕੰਮ 'ਚ ਦਖਲ ਦੇ ਰਹੇ ਨੇ, ਇਸ ਬਾਬਤ ਗੱਲ ਕੀਤੀ। SGPC ਆਪਣੀ ਮਿਆਦ ਖਤਮ ਕਰ ਚੁੱਕੀ ਹੈ ਜੀ, ਉਹਦੇ ਕੋਲ ਕੋਈ ਅਖਲਾਕੀ ਹੱਕ ਨਹੀਂ ਹੈ ਕਿ ਉਹ ਸਟੇਜ ਵੀ ਲਏ। ਇੰਨੀਆਂ ਤਾਂ ਮੈਂ ਤੁਹਾਨੂੰ ਕਰਹਿਤਾਂ ਦੱਸਦੀਆਂ SGPC ਦੀਆਂ ਕਿ ਤੁਹਾਨੂੰ ਵੀ ਮੰਨਣਾ ਪਊਗਾ ਕਿ ਉਹ ਅਖਲਾਕੀ ਤੌਰ ਦੇ ਉੱਤੇ, ਕਾਨੂੰਨੀ ਤੌਰ ਦੇ ਉੱਤੇ ਸਟੇਜ ਨਹੀਂ ਲਾ ਸਕਦੇ, ਅਤੇ ਜਿੰਨੇ ਵੀ ਖੂਨੀ ਲੋਕ ਹੈ ਉਹਨਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਹੋਇਆ, ਅਤੇ ਬਾਬਰ ਜਾਬਰ ਦੇ ਸਟੇਜ ਦੇ ਉੱਤੇ ਅਸੀਂ ਨਹੀਂ ਚੜ੍ਹ ਸਕਦੇ। ਅਤੇ ਜਥੇਦਾਰ ਸਾਹਿਬ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਬਾਬਰ ਜਾਬਰ ਹੈ, ਅਤੇ ਉਹਦੀ ਸਟੇਜ 'ਤੇ ਕਿਸੇ ਨੂੰ ਜਾਣਾ ਨਹੀਂ ਚਾਹੀਦਾ। ਅਤੇ ਇੱਕ ਗੱਲ ਹੋਰ ਕੀਤੀ ਹੈ, ਕਾਂਗਰਸ ਨੇ ਗੱਲ ਕੀਤੀ ਹੈ ਕਿ ਹੁਣ ਬਾਦਲ ਸਰਕਾਰ ਜਿਹੜੀ ਹੈ ਸਿਰਫ ਰਾਜਨੀਤੀ ਕਰਦੀ ਹੈ, ਹੁਣ ਜਿਹੜੇ 550 ਗੁਰਪੁਰਬ ਦੀ ਰਾਜਨੀਤੀ ਹੋ ਰਹੀ ਹੈ, ਕੜੀ ਮਿਹਨਤ ਨਾਲ ਕਾਂਗਰਸ ਨੇ ਸਾਰੇ ਕਵਾਇਦ ਇਹ ਅੱਗੇ ਲਿਆਂਦੀ ਹੈ, ਪਾਕਿਸਤਾਨ ਨਾਲ ਗੱਲ ਕੀਤੀ ਹੈ, ਕੈਰੀਡੋਰ ਦਾ ਵੀ ਮੁੱਦਾ ਜਿਹੜਾ ਉਹਨਾਂ ਨੇ ਪੂਰਾ ਸੋਲਵ ਕਰਾਇਆ ਹੈ, ਕਾਂਗਰਸ 'ਤੇ ਕ੍ਰੈਡਿਟ ਜਾਂਦਾ ਸਾਰਾ ਕਾਂਗਰਸ ਨੂੰ, ਤੁਹਾਡਾ ਕੀ ਕਹਿਣਾ ਇਸ ਬਾਰੇ? ਉਹਨਾਂ ਨੂੰ ਵਧਾਈ ਹੋਈ ਜੀ, ਜੇ ਉਹਨਾਂ ਨੇ ਚੰਗਾ ਕੰਮ ਬਲੂ ਸਟਾਰ ਅਤੇ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਕੀਤਾ, ਵਧਾਈ ਦਿੰਦੇ ਹੈ। ਪਰ ਪਾਕਿਸਤਾਨ ਦਾ ਰੁੱਖ ਤਾਂ ਪਹਿਲਾਂ ਹੀ ਸਿੱਖਾਂ ਦੇ ਹੱਕ 'ਚ ਸੀਗਾ ਕਿ ਸਿੱਖ 550 ਸਾਲਾਂ ਦਿਵਸ ਦੇ ਉੱਤੇ ਆਪਣੀ ਧਰਤੀ 'ਤੇ ਆਉਣ। ਉਹ ਤਾਂ ਸਾਡੀ ਧਰਤੀ ਹੈ, ਨਨਕਾਣਾ ਸਾਹਿਬ ਹੁਣ ਜ਼ਿਲ੍ਹਾ ਬਣ ਗਿਆ, ਮੈਂ ਨਨਕਾਣਾ ਸਾਹਿਬ ਜ਼ਿਲ੍ਹੇ ਦਾ ਬੰਦਾ ਹੈ, ਮੈਂ ਤਾਂ ਆਪਣੇ ਘਰ ਜਾ ਰਿਹਾ। ਹੁਣ ਕ੍ਰੈਡਿਟ ਕਿਹਨੂੰ ਜਾਂਦਾ ਇਸ ਚੀਜ਼ ਦਾ? ਕ੍ਰੈਡਿਟ ਵਾਰ ਚੱਲਦੀ ਪਈ ਹੈ। ਕ੍ਰੈਡਿਟ ਜਾਂਦਾ ਗੁਰੂ ਨਾਨਕ ਸਾਹਿਬ ਦਾ, ਜਿੱਦਾਂ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ, ਹੈ ਨਾ, ਇਹ ਉਹਨਾਂ ਦਾ ਜਨਮ ਦਿਨ ਹੈ। 30 ਅਕਤੂਬਰ ਲਾਸਟ ਡੇਟ ਰੱਖੀ ਗਈ ਸੀ, ਅੱਜ ਤੱਕ ਹੈਂਡਓਵਰ ਨਹੀਂ ਹੋਇਆ, ਪੂਰਾ ਤਿਆਰੀ ਨਹੀਂ ਹੈ ਕੈਰੀਡੋਰ। ਹਾਂ, ਸਾਨੂੰ ਇਹ ਪੀੜ ਹੈ ਸਿੱਖਾਂ ਨੂੰ ਕਿ ਗੁਰੂ ਨਾਨਕ ਸਾਹਿਬ ਪਹਿਲੇ ਸਿੱਖਾਂ ਦੇ ਗੁਰੂ ਹੋਏ ਹੈ, ਅਤੇ ਇਹਦੀ ਜਿੰਨੀ ਵੀ ਇਹ ਤਿਆਰੀ ਕਰ ਰਹੇ ਆ ਉਹਨਾਂ ਦੇ ਜਨਮ ਦਿਨ ਦੀ, ਉਹ ਤਾਂ ਮੁਸਲਮਾਨ ਪਾਕਿਸਤਾਨ ਦੇ ਵਿੱਚ ਪ੍ਰਾਈਮ ਮਿਨਿਸਟਰ ਖਾਨ ਸਾਹਿਬ ਕਰਾ ਰਹੇ ਹੈ, ਇੰਡੀਆ ਦੇ ਵਿੱਚ ਹਿੰਦੂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਕਰਾ ਰਹੇ ਹੈ। ਸਿੱਖਾਂ ਦੇ ਗੁਰੂ ਦਾ ਜਨਮ ਦਿਨ ਹੋਵੇ ਅਤੇ ਉਹਦੀਆਂ ਤਿਆਰੀਆਂ ਕਰਾਉਣ, ਹਿੰਦੂ ਅਤੇ ਮੁਸਲਮਾਨ ਸਾਨੂੰ ਬਾਹਰ ਰੱਖਿਆ ਜਾਵੇ, ਇਸੇ ਕਰਕੇ ਤਾਂ ਇਹ ਸਾਰਾ ਪ੍ਰਬੰਧ ਹੋ ਨਹੀਂ ਰਿਹਾ ਕਿ ਸਿੱਖਾਂ ਦੀ ਤਾਂ ਮਰਜ਼ੀ ਉਹਦੇ ਵਿੱਚ ਹੈ ਹੀ ਨਹੀਂ। ਮਾਨ ਸਾਹਿਬ, ਗੱਲ ਕੀਤੀ ਜਾਏ, ਹੁਣ ਮੈਂ ਅਲੱਗ ਹਟ ਕੇ ਥੋੜ੍ਹਾ ਜਿਹਾ ਪ੍ਰਾਈਮ ਤੋਂ ਗੱਲ ਕਰਾਂ, ਸਿੱਧੂ ਮੂਸੇਵਾਲਾ ਨੇ ਇੱਕ ਬੀਬੀ ਭਾਨੀ 'ਤੇ ਵੀ ਕਮੈਂਟ ਕੀਤਾ ਸੀਗਾ, ਮਾਈ ਭਾਗੋ 'ਤੇ ਕੀਤਾ ਸੀ, ਅਤੇ ਉਸ ਤੋਂ ਬਾਅਦ ਉਹਨੇ ਫਿਰ ਫੋਰਨ 'ਚ ਜਾ ਕੇ ਇੱਕ ਵਾਰ ਫਿਰ ਦੁਬਾਰਾ ਉਹਨੇ ਇਹੋ ਚੀਜ਼ ਦੁਹਰਾਈ ਹੈ, SGPC ਨੇ ਉਸ 'ਤੇ ਅੱਜ ਸਵੇਰੇ ਐਕਸ਼ਨ ਵੀ ਲਿਆ, ਤੁਹਾਡਾ ਕੀ ਕਹਿਣਾ? ਮਾਈ ਭਾਗੋ ਜੀ ਸਾਡੇ ਬਹੁਤ ਤਕੜੇ ਵਾਰੀਅਰ ਸੀਗੇ, ਅਤੇ ਉਹਨਾਂ ਦੇ ਉੱਤੇ ਕੋਈ ਵੀ ਜਿਹੜੇ ਇਹੋ ਜਿਹੇ ਦੂਸ਼ਣ ਲਾਉਂਦੇ ਹੈ ਉਹਨਾਂ ਨੂੰ ਟਾਈਮ ਦੇ ਉੱਤੇ ਅਸੀਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਮਨ ਕਰਾਂਗੇ। ਨਹੀਂ, ਹੋ ਚੁੱਕਾ ਆਲਰੇਡੀ, ਤੁਸੀਂ ਹੁਣ ਕਦੋਂ ਕਰੋਗੇ, ਤੁਹਾਡਾ ਵੀ ਕੋਈ? ਹਾਂ, ਅਸੀਂ ਭਾਈ ਧਿਆਨ ਸਿੰਘ ਮੰਡ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਹੈ ਉਹਨਾਂ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਕਰਾਂਗੇ। ਅਤੇ ਇਸ ਤੋਂ ਇਲਾਵਾ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਨਸ਼ੇ ਦੀ, ਕਾਲੇ ਭੇਡਾਂ ਦੇ ਸੰਬੰਧ ਪੁਲਿਸ ਵਾਲਿਆਂ ਦੇ, ਵਾਪਸ ਦੁਬਾਰਾ ਨਸ਼ੇ ਦੇ ਸੌਦਾਗਰਾਂ ਦੇ ਨਾਲ ਕਾਫੀ ਜ਼ਿਆਦਾ ਆ ਰਹੇ ਨੇ, ਤੁਹਾਡਾ ਕੀ ਕਹਿਣਾ ਇਸ ਬਾਬਤ? ਜਿਹੜੇ ਵਾਅਦੇ ਕੀਤੇ ਸੀ ਕਾਂਗਰਸ ਨੇ
ਉਹ ਪੂਰੇ ਨਹੀਂ ਕੀਤੇ, ਨਸ਼ੇ ਦੇ ਨਹੀਂ ਕੀਤੇ, ਬਾਦਲ ਦੀ ਕਰਪਸ਼ਨ ਦਾ ਨਹੀਂ ਕੀਤਾ, ਜਿਹੜਾ ਰੇਤ ਅਤੇ ਰੋੜੀ ਦਾ ਮਾਮਲਾ ਹੈ ਉਹ ਵੀ ਉਸੇ ਤਰ੍ਹਾਂ ਚੱਲੀ ਜਾਂਦਾ, ਕਰਪਸ਼ਨ ਪੂਰੇ ਸਿਖਰ 'ਤੇ ਹੈਗੀ ਹੈ ਅਤੇ ਕਾਂਗਰਸ ਦਾ ਸਰਕਾਰ ਦੇ ਉੱਤੇ ਕੰਟਰੋਲ ਨਹੀਂ ਹੈਗਾ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।